ਤੁਸੀਂ ਦੇਖ ਰਹੇ ਹੋ ਡੈਨਿਕਸ ਮੇਰਾ ਟੀਵੀ ਤੇ ਮੈਂ ਪੁਨੀਤ ਪਾਟਿਆ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਸਭ ਦੇ ਫੇਵਰਿਟ ਸਟਾਰ ਗੋਲਡਨ ਸਟਾਰਸ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਮਲਕੀਤ ਸਿੰਘ ਤੇ ਸਵਾਗਤ ਕਰਦੇ ਆ ਮਲਕੀਤ ਸਿੰਘ ਜੀ ਜੋ ਸਾਡੇ ਸਟਾਰ ਨੇ ਫੇਵਰਿਟ ਫੇਵਰਿਟ ਸਟਾਰ ਐਸਪੈਸ਼ਲੀ ਮੇਰਾ ਦਾ ਫੇਵਰਿਟ ਸਟਾਰ ਮੈਨੂੰ ਵੈਲਕਮ ਹੈ ਸਰ ਤੁਹਾਡਾ ਥੈਂਕ ਯੂ ਜੀ ਪਲੀਜ਼ ਜੀ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸასი ਸ਼ਕਾ ਓਕੇ ਅੱਜ ਅਸੀਂ ਪਹਿਲੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਲਿਸ਼ਕਾਰਾ ਚੱਲਦਾ ਸੀ ਨਾ ਮੈਂ ਤੁਹਾਨੂੰ ਉਦੋਂ ਦੀ ਦੇ ਉਦੋਂ ਦੇ ਦੌਰ ਹੁਣ ਦੇ ਵਿੱਚ ਨਾ ਮੈਨੂੰ 1% ਵੀ ਡਿਫਰੈਂਸ ਨਹੀਂ ਮਤਲਬ ਡਿਫਰੈਂਸ ਦੇਖਿਆ ਨਹੀਂ ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਪਹਿਲੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਬਸ ਇਹੀ ਹੈ ਜੀ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਔਰ ਤੁਸੀਂ ਕਹਿੰਦੇ ਵੀ ਇੰਨਾ ਪਿਆਰ ਨਾਲ ਦੇਖ ਰਹੇ ਹੋ ਸਾਰੇ ਸਰੋਤੇ ਮੇਰੇ ਔਰ ਦੂਜੀ ਗੱਲ ਹੈ ਕਿ ਬਿਜ਼ੀ ਇੰਨੇ ਰਹੇ ਆ ਸ਼ੋਅਾਂ ਦੇ ਵਿੱਚ ਕੰਮ ਕਰਦੇ ਵਿੱਚ ਜੇ ਦਾ ਤੁਸੀਂ ਕਹਿੰਦੇ ਕੀ ਖਾਣੇ ਪੀਣੇ ਖਾਣੇ ਪੀਣੇ ਕੀ ਆ ਤੁਹਾਡੇ ਸਾਹਮਣੇ ਆ ਦੇਖ ਲਓ ਸਵੇਰ ਦੀ ਇੰਟਰਵਿਊ ਕਰੀ ਜਾ ਰਹੇ ਖਾਣ ਦਾ ਟਾਈਮ ਹੀ ਨਹੀਂ ਲੱਗਦਾ ਹਨਾ ਹਾਂ ਪਹਿਲਾਂ ਪੈਸੇ ਨਹੀਂ ਸੀ ਖਾਣ ਨੂੰ ਹੁਣ ਖਾਣ ਦਾ ਟਾਈਮ ਹੈ ਨਹੀਂਗਾ ਉਹ ਬਸ ਉੱਥੇ ਹੀ ਕੀ ਰਹਿ ਗਿਆ ਵੇ ਮਤਲਬ ਫਿੱਟ ਰਹਿ ਕੰਮ ਹਾਂਜੀ ਓਕੇ ਓਕੇ ਸਰ ਆਪਾਂ ਅੱਜ ਦੇ ਸਿਲਸਿਲੇ 'ਚ ਬੜੇ ਖਾਸ ਮੌਕੇ ਤੇ ਇਕੱਠੇ ਹੋਏ ਆ ਜਲੰਧਰ ਦੇ ਵਿੱਚ ਨਾ ਗਾਣਾ ਆ ਰਿਹਾ ਤੁਹਾਡਾ ਨਵਾਂ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਸ ਨਵੇਂ ਗਾਣੇ ਬਾਰੇ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੇਰਾ ਨਵਾਂ ਗੀਤ ਜਿਹਦਾ ਨਾਮ ਟਾਈਟਲ ਹੈ ਕਾਲੀ ਐਨਕ ਨਾਲ ਲਾਇਆ ਕਰ ਨਹੀਂ ਤੂੰ ਪਹਿਲਾਂ ਹੀ ਸੋਣੀ ਤੇ ਅੱਜ ਅਸੀਂ ਇਹਨੂੰ ਗਾਣੇ ਨੂੰ ਰਿਲੀਜ਼ ਕੀਤਾ ਇਹ ਹੈ 뮤ਜ਼ਿਕ ਬੇਸ ਕੰਪਨੀ ਸਾਡੀ ਕੈਨੇਡਾ ਦੀ ਉਹਨੇ ਸਾਡੇ ਪਹਿਲੇ ਗੀਤ ਵੀ ਬਹੁਤ ਰਿਲੀਜ਼ ਕੀਤੇ ਆ ਉਹਨਾਂ ਨੇ ਇਸ ਗਾਣੇ ਨੂੰ ਰਿਲੀਜ਼ ਕੀਤਾ ਔਰ ਇਹਦਾ 뮤ਜ਼ਿਕ ਜਿਹੜਾ ਜੇਕੇ ਨੇ ਕੀਤਾ ਜੀ ਤੇ ਆਰ ਸੁਆਮੀ ਨੇ ਵੀਡੀਓ ਕੀਤੀ ਹੈ ਬਾਕੀ ਸਾਰੀ ਸਾਰੀ ਟੀਮ ਜਿਹੜੀ ਉਹ ਬਹੁਤ ਮਿਹਨਤ ਕਰ ਰਹੀ ਹੈ ਇੱਥੇ ਵੀ ਕੈਨੇਡਾ ਵਿੱਚ ਵੀ ਇੰਗਲੈਂਡ ਵਿੱਚ ਵੀ ਇਹਨੂੰ ਪ੍ਰਮੋਟ ਕਰਨ ਦੇ ਲਈ ਤਾਂ ਮੈਂ ਸਪੈਸ਼ਲੀ ਬਾਹਰੋਂ ਮੜੇ ਲੰਡਨ ਤੋਂ ਇੱਥੇ ਜਲੰਧਰ ਤੁਹਾਡੇ ਸ਼ਹਿਰ ਆ ਆਪਣੇ ਸ਼ਹਿਰ ਸੱਚ ਤੁਹਾਡੇ ਨਹੀਂ ਸਾਡੇ ਕਿਉਂਕਿ ਮੈਂ ਇੱਥੋਂ ਪੜਿਆ ਮੈਂ ਇੱਥੇ ਹੀ ਜੰਮਿਆ ਪੜਿਆ ਤੇ ਮੈਂ ਇੱਥੇ ਇਹਨੂੰ ਰਿਲੀਜ਼ ਕਰਨ ਆਇਆ ਤੇ ਜੇ ਤੁਸੀਂ ਸੁਣੋਗੇ ਤਾਂ ਜ਼ਰੂਰ ਤੁਹਾਨੂੰ ਪਸੰਦ ਆਊਗਾ गाने ਦਾ ਨਾਮ ਐ ਕਾਲੀਯਨਕ ਨਾ ਲਾਇਆ ਕਰ ਹਾਂਜੀ ਔਰ ਇੱਕ ਗਾਣਾ ਤੁਸੀਂ ਆਪ ਲਿਖਿਆ ਆਪ ਕੰਪੋਜ਼ ਕੀਤਾ ਔਰ ਆਪ ਹੀ ਗਾਇਆ ਕਾਲੀਯਨਕ ਨਾ ਲਾਇਆ મતલਬ ਨਾ ਲਾਇਆ ਕਰ ਜਦੋਂ ਤੁਸੀਂ ਨਾ ਲਾਇਆ ਕਰ ਜਦੋਂ ਤੁਸੀਂ ਇਹ ਲਿਖ ਰਹੇ ਸੀਗੇ ਮਤਲਬ ਕਿਵੇਂ ਆਈਡੀਆ ਕਿਵੇਂ ਆਇਆ ਕਿ ਤੁਸੀਂ ਇਸੇ ਕਾਲੀਯਨਕ ਤੇ ਗਾਣਾ ਲਿਖਣਾ ਮੈਂ ਐਨਕਾਂ ਦੇ ਬਹੁਤ ਗਾਣੇ ਸੁਨੇ ਬਹੁਤ ਦੇਖਿਆ ਪਰ ਮੈਂ ਇਹ ਸੋਚਦਾ ਸੀ ਕਿ ਐਨਕਾਂ ਦਾ ਕੋਈ ਮਤਲਬ ਹੋਣਾ ਚਾਹੀਦਾ ਵੀ ਜੇ ਕੋਈ ਗੱਲ ਲਗਾ ਹੋਵੇ ਨਾ ਵੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ ਜੇ ਨਹੀਂ ਲਾਉਣੀ ਚਾਹੀਦੀ ਤਾਂ ਉਹਦੇ ਵਿੱਚ ਕੀ ਕਿਉਂ ਨਹੀਂ ਲਾਉਣੀ ਚਾਹੀਦੀ ਕਿਉਂਕਿ ਕੁੜੀ ਦੀ ਸਾਦਗੀ ਦੀ ਗੱਲ ਕੀਤੀ ਹੈ ਹਨਾ ਸਾਦਗੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੇਰੀਆਂ ਜਿਹੜੀਆਂ ਅੱਖਾਂ ਉਹ ਇੰਨੀਆਂ ਵਧੀਆ ਹੈ ਵੀ ਤੂੰ ਜਦੋਂ ਐਨਕ ਲਾ ਲੈਨੀ ਹੈ ਤੇ ਆਪਣੀ ਸਾਰੀ ਪਰਸਨੈਲਿਟੀ ਖਰਾਬ ਕਰ ਲੈਨੇ ਤੈਨੂੰ ਐਨਕ ਲਾਉਣੀ ਨਹੀਂ ਚਾਹੀਦੀ ਇਹਨੂੰ ਲਾਇਆ ਨਾ ਕਰ ਤੇਰੀਆਂ ਅੱਖਾਂ ਸੋਹਣੀਆਂ ਬਹੁਤ ਨੇ ਲੋਕ ਤਾਂ ਖਾ ਦੇਖਣਿਆ ਦੋਦੇ ਲੋਕ ਤਾਂ ਕਹਿੰਦੇ ਹੁਣ ਦੇਖੋ ਕੁੜੀ ਦੀ ਪਹਿਲੋਂ ਜਿਹੜੀ ਪ੍ਰੇਜ਼ ਕਿੱਥੋਂ ਸ਼ੁਰੂ ਹੁੰਦੀ ਕਿ ਮੁੰਡਾ ਉਹਨੂੰ ਇਹ ਕਹਿੰਦਾ ਕਿ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਤੇ ਅੱਖਾਂ ਤੇਰੀਆਂ ਐਨਕ ਲੱਗੀ ਹੁੰਦੀ ਤਾਂ ਕਿਵੇਂ ਕਹਿੰਦਾ ਹੈਨਾ ਸੋ ਮੈਂ ਗਾ ਕੇ ਤੁਹਾਨੂੰ ਸੁਣਾ ਦਿੰਦਾ ਕਿ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆਂ ਨੀ ਤੇਰੀਆਂ ਅੱਖਾਂ ਹਾਏ ਨੀ ਕੀ ਦੱਸਾਂ ਨੀ ਤੇਰੀਆਂ ਇੰਨੀਆਂ ਸੋਹਣੀਆਂ ਅੱਖਾਂ ਅੱਖਾਂ ਵੇਖਣਾ ਚਾਹੁੰਦੇ ਲੱਖਾਂ ਅੱਖਾਂ ਕੇ ਉਹ ਸ਼ਪੌਨੀਆ ਕਾਲੀ ਐਨਕ ਨਾ ਲਾਇਆ ਕਰ ਨੀ ਤੂੰ ਪੈਲੇ ਸੋਨੀਆ ਅਰੇ ਵਾ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਗਾਇਆ ਤੁਸੀਂ ਔਰ ਜਿਵੇਂ ਕਿ ਪੁਰਾਣਾ ਮਤਲਬ ਮੀਡੀਆ ਪੁਰਾਣਾ ਜੋ ਸੀਗਾ ਸਾਡਾ ਆਪਣਾ ਇੰਡਸਟਰੀ ਸੀ 뮤ਜ਼ਿਕ ਇੰਡਸਟਰੀ ਔਰ ਨਵੀਂ 뮤ਜ਼ਿਕ ਇੰਡਸਟਰੀ ਆ ਗਈ ਹੈ ਹੁਣ ਕੀ ਡਿਫਰੈਂਸ ਦੇਖਦੇ ਹੋ ਇਸ ਵਿੱਚ ਦੇਖੋ ਜੀ ਹੁਣ ਥੋੜਾ ਕੰਪਿਊਟਰਾਈਜ਼ ਗੱਲਬਾਤ ਹੋ ਗਈ ਹੈ ਬਾਕੀ ਪਹਿਲਾਂ ਲੋਕ ਜਿਹੜੇ ਸੀਗੇ ਜਿਹੜੇ ਸਿੰਗਰ ਜਾਂ ਅਸੀਂ ਵੀ ਲਾਈਵ ਰਿਕਾਰਡਿੰਗ ਕਰਦੇ ਹੁੰਦੇ ਸੀ ਜੋ ਹੁਣ ਤੁਸੀਂ ਆਪਾਂ ਗੱਲਾਂ ਕਰਦੇ ਆ ਇਸੇ ਤਰ੍ਹਾਂ ਹੀ ਉਹ ਰਿਕਾਰਡ ਕੀਤੇ ਜਾਂਦੇ ਜੀ ਹੁਣ ਜਾਂ ਸਾਵਾ ਜੀ ਆਪਾਂ ਇਹਨੂੰ ਕੰਪਿਊਟਰ ਤੇ ਰਿਕਾਰਡ ਕਰੀਏ ਤੇ ਆਪਾਂ ਉਹਨੂੰ ਐਡੀਟ ਵੀ ਕਰ ਸਕਦੇ ਹਾਂ ਨਾ ਸੋ ਉਹ ਗਾਇਕੀ ਦਾ ਤੇ ਹੁਣ ਦਾ ਫਰਕ ਤਾਂ ਬਹੁਤ ਹੈ ਕਿਉਂਕਿ ਉਦੋਂ ਬਹੁਤ ਮਿਹਨਤਾਂ ਦੇ ਨਾਲ ਜੀ ਇੱਕਦਮ ਮਾਈਕ ਤੇ ਖੜ ਕੇ ਤੁਹਾਨੂੰ ਜੋ ਤੁਸੀਂ ਕਹਤਾ ਉਹ ਹੀ ਗਾਉਣਾ ਪੈਣਾ ਜੀ ਹੁਣ ਤੁਸੀਂ ਉਹ ਜਿਹੜਾ ਕੰਪਿਊਟਰ ਨਾਲ ਉਹਨੂੰ ਥੋੜੀ ਹੇਰ ਫੇਰ ਵੀ ਕਰ ਸਕਦੇ ਹੋ ਉਹਨੂੰ ਚੇਂਜ ਕਰ ਸਕਦੇ ਆ ਬਾਕੀ ਸਮੇਂ ਦੇ ਨਾਲ ਚੱਲਣਾ ਚਾਹੀਦਾ ਅਸੀਂ ਉਦੋਂ ਵੀ ਗਾ ਰਿਆ ਸੀ ਉਦੋਂ ਵੀ ਵਧੀਆ ਸੀ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਸਮੇਂ ਦੇ ਨਾਲ ਹੁਣ ਵੀ ਚੰਗੇ ਗੀਤ ਤੁਹਾਨੂੰ ਪ੍ਰੋਡਿਊਸ ਕਰਕੇ ਦੇ ਸਕੀਏ ਬਹੁਤ ਸਮੇਂ ਬਾਅਦ ਲਾਕਡਾਊਨ ਤੋਂ ਬਾਅਦ ਤੁਸੀਂ ਗਾਣਾ ਕੱਢ ਰਹੇ ਹੋ ਨਾ ਔਰ ਲਾਕਡਾਊਨ ਦੇ ਦੌਰਾਨ ਤੁਸੀਂ ਅਜਿਹਾ ਕਿਹੜੀਆਂ ਤਿੰਨ ਚੀਜ਼ਾਂ ਸਿੱਖੀਆਂ ਕਿ ਜਿਹੜੋ ਸਾਰੇ ਬੰਦ ਸੀ ਕਮਰਿਆਂ ਦੇ ਵਿੱਚ ਹਾਂਜੀ ਤੇ ਉਸ ਦੌਰਾਨ ਤੁਸੀਂ ਕੀ ਇਹ ਜਿਹੀਆਂ ਤਿੰਨ ਚੀਜ਼ਾਂ ਸਿੱਖੀਆਂ ਜੋ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝੀਆਂ ਕਰਨ ਦਾ ਚਾਹੁੰਦੇ ਹੋ ਉਹ ਮੈਂ ਤਿੰਨੇ ਇਕੱਠੀਆਂ ਹੀ ਕਰ ਦਿੰਦਾ ਜੀ ਮੈਂ ਤਾਂ ਇੱਕ ਦੇਖਿਆ ਵੀ ਲਾਈਫ ਕੀ ਹੁੰਦੀ ਹੈ ਜੀ ਕੀ ਹੁੰਦੀ ਹੈ ਨਾ ਵੀ ਲਾਈਫ ਕੀ ਆ ਔਰ ਦੂਜੀ ਗੱਲ ਮੈਂ ਦੇਖਿਆ ਇਹ ਜਿਹੇ ਆਰਟਿਸਟ ਬਾਕੀ ਤਾਂ ਚਲੋ ਕਰਦੇ ਹੋਣਗੇ ਕਿ ਫੈਮਿਲੀ ਬਹੁਤ ਜ਼ਰੂਰੀ ਆ ਪਰਿਵਾਰ ਦੇ ਨਾਲ ਤੁਹਾਨੂੰ ਬਹੁਤ ਟਾਈਮ ਸਪੈਂਡ ਕਰਨਾ ਚਾਹੀਦਾ ਮੈਨੂੰ ਲੌਕਡਾਊਨ ਦਾ ਇੱਕ ਇਹ ਵੀ ਫਾਇਦਾ ਹੋਇਆ ਕਿ ਮੈਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਸਕਿਆ ਨਹੀਂ ਤਾਂ ਮੈਂ ਟਰੈਵਲ ਬੁੱਕ ਕੀਤੀ ਮੇਰੀ ਅੱਧੀ ਜ਼ਿਆਦਾਉ ਲਾਈਫ ਜਿਹੜੀ ਹੈ ਉਹ ਹੋਟਲਾਂ ਤੇ ਫਲਾਈਟਾਂ 'ਚ ਹੀ ਨਿਕਲ ਗਈ ਤੇ ਉਹ ਲਾਕਡਾਊਨ ਹੋਣ ਕਰਕੇ ਮੈਂ ਕਿਤੇ ਜਾ ਨਹੀਂ ਸਕਦਾ ਤਾਂ ਮੈਂ ਫਿਰ ਆਪਣੇ ਪਰਿਵਾਰ ਦੇ ਨਾਲ ਰਹਾ ਤੇ ਉਹ ਪਰਿਵਾਰ ਦੀਆਂ ਵੈਲਿਊਜ਼ ਹੋਰ ਚੀਜ਼ਾਂ 'ਚ ਉਹ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਜੀ ਤੇ ਬਾਕੀ ਜਿਹੜਾ ਲਾਕਡਾਊਨ 'ਚ ਇਹ ਵੀ ਬੜਾ ਸਿੱਖਿਆ ਕਿ ਜਿਹੜਾ ਰੱਬ ਹੈ ਉਹ ਬੜਾ ਦਿਆਲੂ ਆ ਉਹ ਬਹੁਤ ਉਹ ਕੁਝ ਵੀ ਕਰ ਸਕਦਾ ਜੀ ਜੇ ਉਹ ਚਾਹੇ ਤਾਂ ਦੇ ਲੋ ਦੁਨੀਆ ਦੀ ਹਰ ਮੋਟਰ ਗੱਡੀ ਤੇ ਮਤਲਬ ਕੀ ਜਹਾਜ਼ਾਂ ਨੂੰ ਖੜੇ ਕਰ ਸਕਦਾ ਐਡਾ ਕਦੇ ਜ਼ਿੰਦਗੀ ਚ ਸੁਣਿਆ ਨਹੀਂ ਸੀਗਾ ਕਿ ਤੁਸੀਂ ਮਤਲਬ ਇੰਨੀ ਜ਼ਿੰਦਗੀ ਖੜੀ ਹੋ ਜੂਗੀ ਸੋ ਇਹ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਹੈ ਕਿ ਰੱਬ ਜਿਹੜਾ ਕੁਛ ਨਾ ਕੁਛ ਕੁਝ ਵੀ ਕਰ ਸਕਦਾ ਹੈ ਜੀ ਹਾਂਜੀ ਓਕੇ ਅ ਹੋਣ ਤੁਸੀਂ ਇੱਕ ਬ੍ਰਾਂਡ ਹੋ ਅੱਜ ਦੇ ਸਮੇਂ ਦੇ ਵਿੱਚ ਮਲਕੀਤ ਸਿੰਘ ਇੱਕ ਬ੍ਰਾਂਡੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਸਿੰਗਿੰਗ ਦੇ ਸਫ਼ਰ ਦੇ ਵਿੱਚ ਤੁਸੀਂ ਕੀ ਸਿੱਖਿਆ ਅਜਿਹਾ ਕਿ ਮਤਲਬ ਕੁਝ ਖਾਸ ਜੋ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕਰਨਾ ਚਾਹੋ ਅਮੈਂ ਹੱਲੇ ਸਿੱਖੀ ਰਿਆਂ ਜੀ ਮੈਨੂੰ ਹੱਲੇ ਤੱਕ ਵੀ ਨਹੀਂ ਆਇਆ ਮੈਂ ਗਾਇਕੀ ਅਸੀਂ ਕਨੇ ਅਸੀਂ ਅਸੀਂ ਨੇਚਰਲ ਸਿੰਗਰ ਆ ਅਸੀਂ ਨੇਚਰਲ ਬੰਦੇ ਆ ਅਸੀਂ ਕੋਈ ਬਹੁਤ ਪੁਰਾਣੇ ਖਾਨਦਾਨਾਂ ਚੋਂ ਨਹੀਂ ਹੈਗੇ ਵੀ ਪਟਿਆਲਾ ਘਰਾਣਾ ਚੋਂ ਜਾਂ ਹੋਰ ਕਿਤੇ ਤੋਂ ਸਾਡੇ ਤਾਂ ਮਤਲਬ ਗਾਇਕੀ ਨੂੰ ਬਹੁਤਾ ਚੰਗਾ ਮਿੱਥਿਆ ਵੀ ਨਹੀਂ ਸੀ ਜਾਂਦਾ ਪਰ ਅਸੀਂ ਐਜ ਐ ਸਟੂਡੈਂਟ ਅਸੀਂ ਸਾਨੂੰ ਸਾਨੂੰ ਸ਼ੌਂਕ ਸੀਗਾ ਅਸੀਂ ਕਾਲਜਾਂ ਚੋਂ ਸ਼ੁਰੂ ਹੋਏ ਐਂਡ ਉਹਦੇ ਨਾਲ ਥੋੜੀ ਕਿੰਨਾ ਨੇ ਵੀ ਪੜ੍ਹੀ ਲਿਖੀ ਗਾਇਕੀ ਆਈ ਜਦ ਤੁਸੀਂ ਕਾਲਜ ਦੇ ਵਿੱਚ ਗਾ ਰਹੇ ਆ ਤਾਂ ਉੱਥੇ ਤੁਸੀਂ ਉਦਾਂ ਦੀ ਕੋਈ ਗੱਲਬਾਤ ਕਰ ਨਹੀਂ ਸਕੇ ਫੂਕ 뮤ਜ਼ਿਕ ਵਾਲੇ ਪਾਸੇ ਆ ਗਏ ਉਸ ਚੀਜ਼ ਦਾ ਬੜਾ ਅ ਅਸਰ ਪਿਆ ਮੇਰੀ ਲਾਈਫ ਤੇ ਉਦਾਂ ਦੇ ਗੀਤ ਆਉਂਦੇ ਰੇ ਬਾਕੀ ਇਦਾਂ ਕਿ ਸਿੱਖਣਾ ਤਾਂ ਬੰਦੇ ਨੂੰ ساری ਉਮਰ ਹੀ ਸਿੱਖਦੇ ਰਹਿਣਾ ਚਾਹੀਦਾ ਤੇ ਮੈਂ ਤਾਂ ਹਮੇਸ਼ਾ ਗੱਲ ਕਰਦਾ ਵੀ ਅਸੀਂ ਤਾਂ ਵੈਸੇ ਵੀ ਸਿੱਖਦੇ ਆ ਸਿੱਖ ਅਸੀਂ ਸਿੱਖਿਆ ਤੇ ਸਿੱਖ ਨੂੰ ਤਾਂ ਵੈਸੇ ਹੀ ਸਿੱਖਦੇ ਰਹਿਣਾ ਚਾਹੀਦਾ ਹਜੇ ਵੀ ਸਿੱਖ ਰਹੇ ਆਉਣ ਵਾਲੀ ਲਾਈਫ ਦੇ ਵਿੱਚ ਸ਼ਾਇਦ ਕੁਝ ਸਿੱਖ ਜਾਈਏ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵਧੀਆ ਕੰਮ ਕਰੀਏ ਅਗਰ ਤੁਹਾਨੂੰ ਇੱਕ ਮੌਕਾ ਮਿਲੇ ਕਿ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕੁਝ ਚੇਂਜ ਕਰਨਾ ਹੈ ਅਗਰ ਤਾਂ ਕੋਈ ਪਾਵਰ ਆ ਗਈ ਇੱਕ ਦਿਨ ਲਈ ਮੰਨ ਲਓ ਤੁਸੀਂ ਕੁਝ ਚੇਂਜ ਕਰਨਾ ਹੈ 뮤직 ਇੰਡਸਟਰੀ ਦੇ ਵਿੱਚ ਤੇ ਕੀ ਚੇਂਜ ਕਰੋਗੇ ਦੇਖੋ ਜੀ ਮੈਂ ਤਾਂ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਇਹ ਹੋ ਨਹੀਂ ਸਕਦੀ ਕਿ ਮੇਰੇ ਕੋਲ ਇਡੀ ਪਾਵਰ ਆ ਜਾਵੇ ਹੈਨਾ ਕਿ ਮੈਂ ਦੁਨੀਆ ਨੂੰ ਚੇਂਜ ਕਰ ਦਮਾਂ ਜਾਂ ਕਿੱਦਾਂ ਕਰਾਂ ਬਸ ਇਹ ਕਹੂੰਗਾ ਮੈਂ ਤੁਸੀਂ ਜੋ ਗੱਲ ਕਹਿਣੀ ਚਾਹੁੰਦੇ ਮੈਂ ਇਹ ਕਹੂੰਗਾ ਕਿ ਚੰਗੇ ਗੀਤ ਮੈਂ ਬਾਕੀਆਂ ਨੂੰ ਵੀ ਕਹਾਂ ਤੇ ਆਪ ਵੀ ਇਹੀ ਗੱਲ ਕਰਾਂ ਮੈਂ ਤਾਂ ਕੋਸ਼ਿਸ਼ ਕਰਦਾ ਕਿ ਆਪ ਵੀ ਹਰ ਵਾਰੀ ਚੰਗੇ ਗੀਤ ਲੈ ਕੇ ਆਵਾਂ ਬਾਕੀ ਜਿਹੜੇ ਜੰਕਸਟਰ ਨੂੰ ਜਾਂ ਜਿਹੜੇ ਨਵੇਂ ਗਾਉਣ ਵਾਲੇ ਨੇ ਪ੍ਰਾਣੇ ਸਾਡੇ ਬੰਦੇ ਆ ਕੋ ਚੰਗੇ ਤੋਂ ਚੰਗੇ ਆਪਾਂ ਗੀਤ ਪ੍ਰਮੋਟ ਕਰੀਏ ਤਾਂ ਕਿ ਆਪਣੀ ਜਿਹੜੀ ਮਾਂ ਬੋਲੀ ਹੈ ਆਪਣੀ ਸਾਡੀ ਪੰਜਾਬੀ ਆ ਉਹਨੂੰ ਅਸੀਂ ਹੋਰ ਬੱਤ-ਬੱਤ ਪ੍ਰਮੋਟ ਕਰ ਸਕੀਏ ਸਾਡੇ ਤੇ ਕੋਈ ਇਲਜ਼ਾਮ ਨਾ ਆਵੇ ਸਾਨੂੰ ਜਦੋਂ ਕੋਈ ਪ੍ਰੈਸ ਕਾਨਫਰੈਂਸ ਜਾਂ ਜਦੋਂ ਵੀ ਕੋਈ ਕੁਐਸਚਨ ਕਰਦਾ ਉਹ ਕਹਿੰਦਾ ਜੀ ਅੱਜ ਅੱਜ ਜਿਹੜੇ ਪੰਜਾਬੀ ਗਾਇਕੀ ਦੇ ਵਿੱਚ ਘਰਾਓ ਆ ਗਿਆ ਅੱਜ ਸਾਡੀ ਹੈ ਨਾ ਮਤਲਬ ਪੰਜਾਬੀ ਗਾਇਕੀ ਦੇ ਵਿੱਚ ਅਸਲਾ ਆ ਗਿਆ ਨਸ਼ਾ ਆ ਗਿਆ ਜਾਂ ਕੁਝ ਜਿਹੜੀਆਂ ਗਲਤ ਚੀਜ਼ਾਂ ਆ ਗਈਆਂ ਔਰ ਆਪ ਜੀ ਕਹਿੰਿਆ ਨੇ ਇਹ ਇਲਾਮਾ ਹੋਣਾ ਹੀ ਨਹੀਂ ਚਾਹੀਦਾ ਇਹ 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 ਮਤਲਬ ਇਹ ਇਹ ਗੱਲਬਾਤ ਤੋਂ ਵੱਖਰੀ ਗੱਲ ਹੋਣੀ ਚਾਹੀਦੀ ਹੈ ਜਦੋਂ ਕੋਈ ਸਾਡੀ ਪੰਜਾਬੀ 뮤직 ਦੀ ਕੋਈ ਗੱਲ ਕਰੇ ਉਹ ਪ੍ਰਾਊਡ ਨਾ ਕਹੇ ਗੱਲ ਕਿ ਯਾਰ ਪੰਜਾਬੀ 뮤직 ਨੰਬਰ 1 ਆ ਜਿਵੇਂ ਅਸੀਂ ਕੀਤਾ ਔਰ ਬੰਬੇ ਦੇ ਵਿੱਚ ਜਾਂ ਜਦੋਂ ਅਸੀਂ ਰਿਕਾਰਡਿੰਗਾਂ ਕਰਦੇ ਹੁੰਦੇ ਸੀ ਤੇ ਸਾਰੇ ਲੋਕ ਗੱਲਾਂ ਕਰਦੇ ਹੁੰਦੇ ਸੀ ਵੀ ਲੈ ਵੀ ਆ ਮਲਕੀਸ਼ ਸਿੰਘ ਨੇ ਜੀ ਅੱਜ ਰਿਕਾਰਡਿੰਗ ਆ ਉੱਥੇ ਵਧੀਆ ਰਿਕਾਰਡ ਕਰਨਗੇ ਵਧੀਆ ਤਰੀਕੇ ਨਾਲ ਔਰ ਸਾਰੇ ਗਾਣੇ ਉਹਨਾਂ ਨੂੰ ਚੇਤੇ ਸੀ ਹੁਣ ਜੇ ਤੁਸੀਂ ਜਾ ਕੇ ਸੁਣ ਲਓ ਹੁਣ ਗਾਣੇ ਤਾਂ ਉਦੋਂ ਵੱਧ ਮੀਡੀਆ ਦਾ ਬਹੁਤ ਆ ਗਿਆ ਪਰ ਉਹਨਾਂ ਨੂੰ ਗਾਣਾ ਕੋਈ ਪਪਲ ਉਹਨੇ ਚੇਤਾ ਨਹੀਂ ਹੈਗਾ ਕਿ ਉਹ ਕਿਹੜਾ ਗਾਣਾ ਆ ਜਾਂ ਇਹ ਕੋਈ ਨਵੀਂ ਚੀਜ਼ ਆਊਗੀ ਮੈਂ ਕੋਸ਼ਿਸ਼ ਕਰੂੰਗਾ ਕਿ ਕੁਝ ਨਾ ਕੁਝ ਨਵੀਂ ਚੀਜ਼ ਆਵੇ ਔਰ ਬਾਕੀਆਂ ਨੂੰ ਵੀ ਕਹੀਏ ਵੀ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋ ਇੱਕ ਆਪਣਾ ਫੇਵਰਟ ਗਾਣਾ ਜੋ ਤੁਹਾਨੂੰ ਖੁਦ ਨੂੰ ਪਰਸਨਲੀ ਬਹੁਤ ਪਸੰਦ ਹੈ ਉਹ ਕਾਈਂਡਲੀ ਤੁਸੀਂ ਗਾਓ ਮੈਨੂੰ ਤਾਂ ਗਾਣੇ ਸਾਰੇ ਪਸੰਦ ਸਾਰੇ ਸੁਣਾ ਦਿਓ ਹਾਂ ਨਹੀਂ ਨਹੀਂ ਗਾਣੇ ਤਾਂ ਸਾਰੇ ਚੰਗੇ ਹੀ ਹੁੰਦੇ ਆ ਪਰ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਮੈਨੂੰ ਸੀਰੀਅਸ ਗਾਣੇ ਵਧੀਆ ਲੱਗਦੇ ਆ ਮੈਨੂੰ ਮੈਨੂੰ ਜਿਹੜੇ 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 ਲੋਕ ਪਸੰਦ ਕਰਦੇ ਉਹ ਗੀਤ ਬਹੁਤ ਚੰਗੇ ਲੱਗਦੇ ਮੈਨੂੰ ਤੂਤਕ ਤੂਤਕ ਤੂਤੀਆਂ ਵੀ ਬਹੁਤ ਸੋਹਣਾ ਲੱਗਦਾ ਸਾਡੇ ਹਰਵਿੰਦਰ ਵੀਰ ਜੀ ਦਾ ਗਾਣਾ ਲਿਖਿਆ ਉਹਨੇ ਬਹੁਤ ਸੋਹਣੀ ਕਲਮ ਤੋਂ ਔਰ ਕਹਿੰਦੇ ਨੇ ਵੀ ਭਾਗ ਲਾ ਤੇ ਇਸ ਗਾਣੇ ਤੇ ਹਾਂਜੀ ਹਾਂਜੀ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੀ ਹੋ ਤੂਤਕ 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 ਤੂਤੀਆਂ ਹਈ ਜਮਾਲੋ ਆ ਜਾ ਤੂਤਾਂ ਵਾਲੇ ਖੂਤੇ ਹਈ ਜਮਾਲੋ ਉੱਥੇ ਗੱਲਾਂ ਕਰੀਏ ਮੂੰਹ ਤੇ ਹਈ ਜਮਾਲੋ ਤੁੱਤ ਕੇ ਤੁੱਤ ਕੇ ਤੁੱਤ ਕੇ ਤੂਤੀਆਂ ਅਰੇ ਬਹੁਤ ਹੀ ਬਹੁਤ ਹੀ ਵਧੀਆ ਗਾਣਾ ਹੈ ਮੈਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਆ ਥੈਂਕ ਯੂ ਅ ਔਰ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਕੁਛ ਮੈਸੇਜ ਦੇਣਾ ਚਾਹਉ ਹਾਂ ਬਿਲਕੁਲ ਜੀ ਮੈਂ ਜਾਂਦੇ ਜਾਂਦੇ ਨਹੀਂ ਮੈਂ ਇੱਥੇ ਰਹਿਣਾ ਹਲੇ ਹਲੇ ਹੋਰ ਬਹੁਤ ਸਾਰੇ ਗੀਤ ਲੈ ਕੇ ਆਉਣੇ ਜ਼ਰੂਰ ਹਾਂ ਉਹ ਮੈਸੇਜ ਮੈਂ ਕੀ ਦਣਾ ਜੀ ਮੈਂ ਇਹੀ ਕਹਿ ਰਿਆਂਗੇ ਤੁਸੀਂ ਹਮੇਸ਼ਾ ਹੀ ਮਾਨਤਨ ਦਿੰਨੇ ਹੋ ਇੰਨੇ ਸਾਲਾਂ ਤੋਂ ਮਾਨਤਨ ਦੇ ਰਹੇ ਹੋ ਹੁਣ ਮੇਰੇ ਕਹਿਣ ਤੇ ਕੀ ਹੋਣਾ ਤੁਸੀਂ ਜਦੋਂ ਪਹਿਲਾਂ ਹੀ ਇੰਨਾ ਮਾਨ ਸਤਕਾਰ ਕਰ ਹੀ ਰਹੇ ਹੋ ਤੇ ਨਵਾਂ ਗੀਤ ਆ ਹੁਣ ਉਹ ਵੀ ਜ਼ਰੂਰ ਸੁਣੋ ਤੁਸੀਂ ਅਪਰੀਸ਼ੀਏਟ ਕਰੋਗੇ ਤੁਸੀਂ ਸੁਣ ਕੇ ਇੰਜੋਏ ਕਰੋਗੇ ਔਰ ਮੇਰੀ ਜੋਬ ਹੀ ਰੱਬ ਨੇ ਦਿੱਤੀ ਆ ਕਿ ਤੁਹਾਨੂੰ ਹਸਾਉਣਾ ਤੁਹਾਨੂੰ ਨਚਾਉਣਾ ਔਰ ਤੁਹਾਨੂੰ ਸਮਝਾਉਣਾ ਮੈਂ ਇਹ ਤਿੰਨੇ ਚਾਰੀ ਚੀਜ਼ਾਂ ਇਸ ਗਾਣੇ ਚ ਲੈ ਕੇ ਆਇਆ ਔਰ ਤੁਸੀਂ ਇਹਨੂੰ ਸੁਣੋ ਅਨਜੋਏ ਕਰੋ ਨੱਚੋ ਗਾਓ ਤੇ ਪੰਗੜੇ ਪਾਓ ਖੁਸ਼ ਰਿਆ ਕਰੋ ਜ਼ਿੰਦਗੀ ਬੜੀ ਛੋਟੀ ਹੈ ਇਹ ਬੜੀ ਟੈਨਸ਼ਨਾਂ ਭਰੀ ਜ਼ਿੰਦਗੀ ਹੈ ਹਨਾ ਇਹਨੂੰ ਆਪਾਂ ਇੰਜੋਏ ਕਰੀਏ ਜਿੰਨੀ ਖੈਗੀ ਆ ਹੁਣ ਤਾਂ ਗਾਂਧੀਆਂ ਪਤਾ ਹੀ ਨਹੀਂ ਲੱਗ ਰਹਾ ਕਿ ਇਹਦਾ ਕਦੋਂ ਬਟਾਕਾ ਪੈ ਜਾਣਾ ਇੰਨੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਇੰਨੀਆਂ ਗੱਲਾਂ ਬਾਤਾਂ ਹੋ ਗਈਆਂ ਅਨਜੋਏ ਕਰੋ ਜਿੰਨੀ ਰੱਬ ਨੇ ਤੁਹਾਨੂੰ ਲਾਈਫ ਦਿੱਤੀ ਆ ਹੱਸਦੇ ਰਹੋ ਵਸਦੇ ਰਹੋ ਤੇ ਹਮੇਸ਼ਾ ਚੜਦੀ ਕਲਾ 'ਚ ਰਹੋ ਸੁਣੋ ਗੀਤ ਜੀ ਕਾਲੀ ਅੱਖ ਨਾ ਲਾਇਆ ਕਰ ਨੇ ਤੂੰ ਪਹਿਲੇ ਹੀ ਸੋਹਣੀ ਹੈ ਕਈ ਕੁੜੀਆਂ ਨੂੰ ਜ਼ਰੂਰੀ ਨਹੀਂ ਹੁੰਦਾ ਬੰਦੇ ਨੂੰ ਕਿ ਤੁਸੀਂ ਕੋਈ ਮੇਕਅਪ ਕਰਕੇ ਜਾਂ ਤੁਸੀਂ ਆਪਣੇ ਆਪ ਨੂੰ ਬਹੁਤ ਮਹਿੰਗੇ ਕੱਪੜੇ ਪਾ ਕੇ ਹੀ ਸੋਹਣੇ ਲੱਗ ਸਕਦੇ ਆ ਸਾਦਗੀ ਵਿੱਚ ਵੀ ਇੱਕ ਆਪਣਾ ਸਵਾਦ ਹੈ ਗੀਤ ਸੁਣੋ ਜੀ ਆਪ ਸੁਣੋ ਤੇ ਦੂਜੇ ਸਰੋਤਿਆਂ ਨੂੰ ਵੀ ਸੁਣਾਓ ਆਪਣੇ ਫਰੈਂਡਾਂ ਨੂੰ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰੋ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਬਹੁਤ ਮਿਹਰਬਾਨੀ ਸੋ ਐਸੀ ਸਾਡੇ ਨਾਲ ਗੋਲਡਨ ਸਟਾਰ ਮਲਕੀ ਸਿੰਘ ਜਿਨ੍ਹਾਂ ਦਾ ਗਾਣਾ ਕਾਲੀ ਅਨਕ ਨਾ ਲਾਇਆ ਕਰ ਜਲਦੀ ਦੇਖੋ ਤੁਹਾਡੀਆਂ ਸਕਰੀਨਸ ਤੇ ਸਾਡੇ ਰੂਬਰੂ ਹੋਣ ਜਾ ਰਿਹਾ ਸੋ ਇਸੇ ਦੇ ਨਾਲ ਹੀ ਇਹੋ ਜਿਹੀਆਂ ਹੋਰ ਅਪਡੇਟਸ ਜਾਣਨ ਲਈ ਬਣੇ ਰਹੋ ਤਾਂ ਕਿ ਸੋਰਾ ਟੀਵੀ ਦੇ ਨਾਲ ਕੈਮਰਾਮੈਨ ਦਵਿੰਦਰ ਦੇ ਨਾਲ ਪੁਨੀਤ ਪਾਟਿਆ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648 बाबा फतेह खान पंजाब दे नंबर ਇਕ ਤੰਤ੍ਰਿਕ ਬੰਗਾਲ ਤੋਂ ਸਿੱਧੀ ਪ੍ਰਾਪਤ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਸਟੈਂਪ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਕੱਚ ਝਗੜਾ ਵਰਕਤ ਔਲਾਦ ਕਹੜੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਪਨ ਜਾਦੂ ਟੋਨਾ ਲਵ ਮੈਰਿਜ ਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁਰੜਵਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਸਦਾ ਲਈ ਰੂਸੇ ਨੂੰ ਮਨਾਉਣਾ ਪਿਆਰ ਮੁਹੱਬਤ